ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਏਵਨ ਟਰਬਨ ਟ੍ਰੇਨਿੰਗ ਸੈਂਟਰ ਦੇ ਅਫੀਸ਼ੀਅਲ ਯੂਟਿਊਬ ਵੈਰੀਫਾਈਡ ਚੈਨਲ ਦੇ ਵਿੱਚ, ਵਰਲਡ ਦਾ ਪਹਿਲਾ ਵੈਰੀਫਾਈਡ ਟਰਬਨ ਟ੍ਰੇਨਿੰਗ ਚੈਨਲ। ਅਤੇ ਅੱਜ ਅਸੀਂ ਆਪ ਜੀ ਲਈ ਲੈ ਕੇ ਆਏ ਹਾਂ ਪੰਜ ਲੜੀ ਪਟਿਆਲਾ ਸ਼ਾਹੀ ਪੱਗ, ਜੋ ਕਿ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋ। ਪਰ ਅੱਜ ਕੀ ਖਾਸੀਅਤ ਆ, ਅੱਜ ਤੁਹਾਨੂੰ ਅਸੀਂ ਕਾਲੀ ਪੱਗ ਬਣ ਕੇ ਦਿਖਾਵਾਂਗੇ ਕਿ ਕਾਲੀ ਪੱਗ ਕਿੱਦਾਂ ਬੰਨ੍ਹੀ ਜਾਂਦੀ ਆ। ਐਂਡ ਇੱਕ ਮੋਨੇ ਸਿਰ ਦੇ ਉੱਪਰ ਦਿਖਾਈ ਜਾਵੇਗੀ, ਕਹਿਣ ਦਾ ਮਤਲਬ ਕਿ ਜਿਹੜੇ ਕਾਠੀਅਰ ਹੈੱਡ ਹੁੰਦੇ ਨੇ। ਪਹਿਲਾਂ ਵੀ ਅਸੀਂ ਜਿਹੜੇ ਪਿਛਲੇ ਸਾਲ ਵੀਡੀਓ ਪਾਈ ਸੀ ਕਿ ਕਾਠੀਅਰ ਹੈੱਡ ਦੇ ਉੱਪਰ ਅਸੀਂ ਜਿਹੜੀ ਪੱਗ ਹੈ ਕਿੱਦਾਂ ਬੰਨ੍ਹਣੀ ਹੈ। ਐਂਡ ਪੰਜ ਲੜੀ ਪੱਗ ਜਿਹੜੀ ਆ ਪਹਿਲਾਂ ਕਾਠੀਅਰ ਹੈੱਡ ਦੇ ਉੱਪਰ ਨਹੀਂ ਦਿਖਾਈ ਗਈ, ਸੋ ਆ ਜਿਹੜੀ ਹੈ ਬਹੁਤ ਸਪੈਸ਼ਲ ਵੀਡੀਓ ਹੈ, ਇਟਸ ਅ ਪ੍ਰੀਮੀਅਰ ਵੀਡੀਓ। ਸੋ ਤੁਸੀਂ ਧਿਆਨ ਨਾਲ ਦੇਖਣਾ, ਪੂਰਾ ਹੈੱਡਫੋਨ ਲਾ ਕੇ ਸੁਣਿਓ ਕਿ ਪੰਜ ਲੜੀ ਪੱਗ ਹੈ ਉਹ ਕਟਿੰਗ ਵਾਲੇ ਸਿਰ ਦੇ ਉੱਪਰ ਕਿੱਦਾਂ ਬੰਨ੍ਹੀ ਜਾਂਦੀ ਹੈ। ਸੋ ਲੈਟਸ ਸਟਾਰਟ ਇਟ। ਸੋ ਮੇਰੇ ਕੋਲ ਅੱਜ ਮੇਰਾ ਵੀਰ ਹੈਗਾ ਜੀ ਸਗਨਦੀਪ ਸਿੰਘ, ਸੋ ਬੈਠੋ ਜੀ ਇੱਧਰ। ਸਗਨਦੀਪ ਸਿੰਘ, ਤੁਸੀਂ ਦੇਖ ਹੀ ਸਕਦੇ ਹੋ ਕਿ ਇਸ ਟਾਈਮ ਕਹਿੰਦੇ ਕੇਸ ਜਿਹੜੇ ਨੇ ਬਿਲਕੁਲ ਘੱਟ ਨੇ, ਅਤੇ ਕਈ ਵੀਰ ਮੇਰਿਆਂ ਨੂੰ ਨਾ ਮਤਲਬ ਭੁਲੇਖਾ ਪੈ ਜਾਂਦਾ ਕਿ ਜਿਹੜੀ ਕਟਿੰਗ ਵਾਲੇ ਸਿਰ ਦੇ ਉੱਪਰ ਜਿਹੜੀ ਪੱਗ ਸਹੀ ਨਹੀਂ ਆਉਂਦੀ, ਜੂੜੇ ਤੋਂ ਬਿਨਾਂ ਨਹੀਂ ਆਉਂਦੀ ਹੈਗੀ। ਪਰ ਜਿਹੜੇ ਵੀਰ ਹਜੇ ਕੇਸ ਰੱਖ ਰਹੇ ਨੇ ਤਾਂ ਉਹਨਾਂ ਦਾ ਕੀ ਕਰੀਏ ਫਿਰ? ਠੀਕ ਹੈ ਜੀ, ਇਹ ਹੁਣ ਵੀਰ ਮੇਰੇ ਕੇਸ ਰੱਖ ਰਿਹਾ, ਸੋ ਉਹਨਾਂ ਵਾਸਤੇ ਕੀ ਹੈ ਕਿ ਅਸੀਂ 1 ਮੀਟਰ ਦਾ ਪਰਨਾ, ਜਿਵੇਂ ਆਪਣੇ ਨੋਰਮਲੀ ਚੱਲਦਾ, ਠੀਕ ਹੈ ਜੀ, ਟ੍ਰਾਇੰਗਲ ਬਣਾਵਾਂਗੇ। ਐਂਡ ਸਿਰ ਕਵਰ ਕਰਾਂਗੇ, ਅਸੀਂ ਹਮੇਸ਼ਾ ਪ੍ਰੈਫਰ ਕਰਦੇ ਹਾਂ ਕਿ 1 ਮੀਟਰ ਦਾ ਪਰਨਾ ਹੀ ਥੱਲੇ ਬੰਨਿਆ ਜਾਵੇ। ਐਂਡ ਜੇ ਤੁਹਾਡੇ ਕੋਲ 50 ਵਗੈਰਾ ਹੈ ਜਾਂ ਨਹੀਂ ਹੈ, ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹਦਾ ਕੀਲਾ ਪੱਲਾ ਸਾਫ਼ ਕਰਕੇ ਇੱਦਾਂ ਹੀ ਤੁਸੀਂ 50 ਬਣਾ ਸਕਦੇ ਹੋ। ਪਿੱਛੇ ਪੱਲਾ ਉਡਾ ਦਿੱਤਾ, ਬਾਅਦ 'ਚ ਸੈੱਟ ਕਰ ਲਿਆ, ਬਾਅਦ ਦੇ ਨਾਲ ਇੱਥੋਂ ਅੱਖਾਂ ਤੋਂ ਜਿਹੜਾ ਕਾਫ਼ੀ ਨੀਵਾਂ ਜਿਹੜਾ ਪੋਰਸ਼ਨ ਹੈਗਾ ਉਹ ਉੱਚਾ ਕਰ ਦੇਣਾ। ਆ ਫੋਲਡ ਹੋ ਗਈ 50, ਬਿਲਕੁਲ ਸਾਫ਼ ਹੋ ਗਿਆ। ਕੰਨ ਬਾਹਰ ਕੱਢ ਲੈਣੇ ਤਾਂ ਜੋ ਤੁਹਾਡੀ ਜਿਹੜੀ ਪੱਗ ਬਾਅਦ 'ਚ ਤੁਹਾਨੂੰ ਡਿਸਕੰਫਰਟ ਨਾ ਦੇਵੇ। ਠੀਕ ਹੈ ਜੀ, ਇਹ ਬੇਸ ਬਣ ਗਿਆ ਪ੍ਰੋਪਰ। ਹੁਣ ਸਾਡੇ ਕੋਲ ਪੱਗ ਹੈਗੀ ਅੱਜ 6 ਮੀਟਰ ਦੀ, ਅਤੇ ਸਗਨਦੀਪ ਜੀ ਜਿਹੜੀ ਪੱਗ ਯੂਜ਼ ਕਰਦੇ ਨੇ ਅਕੋਰਡਿੰਗ ਟੂ ਦੇਅਰ ਹੈੱਡ, ਮਤਲਬ ਕਿ ਸਿਰ ਦੇ ਹਿਸਾਬ ਦੇ ਨਾਲ, ਇਹ 6.5 ਮੀਟਰ ਦੀ ਪੱਗ ਬੰਨ੍ਹਦੇ ਨੇ। ਸੋ ਤੁਸੀਂ 6 ਮੀਟਰ ਤੋਂ ਲੈ ਕੇ 6.5 ਮੀਟਰ ਦੀ ਪੱਗ ਜਿਹੜੀ ਹੈ 5 ਲੈਣਾ ਵਿੱਚ ਯੂਜ਼ ਕਰ ਸਕਦੇ ਹੋ। ਅਤੇ ਜਿਹੜੇ ਮੇਰੇ ਵੀਰ ਕਹਿੰਦੇ ਜਿਹੜੇ ਸਾਡੇ ਏਜ ਮਤਲਬ ਕਿ ਐਲਡਰਸ ਨੇ, ਜਿਹੜੇ ਵੱਡੇ ਨੇ ਅੰਕਲ ਜੀ ਕਹਿੰਦੇ ਕਹਿ ਸਕਦੇ ਹੋ, ਉਹਨਾਂ ਦੀ ਏਜ ਦੇ, ਉਹਨਾਂ ਦੀ 7 ਮੀਟਰ ਤੱਕ ਵੀ ਪੱਗ ਚੱਲ ਜਾਂਦੀ ਹੈ, ਕਿਉਂਕਿ ਉਹ ਪੱਗ ਜਿਹੜੀ ਖੁੱਲ੍ਹੀ ਬੰਨ੍ਹਦੇ ਨੇ, ਕਈ ਵਾਰੀ ਗਰੂਬੀਆ ਕੱਪੜਾ ਵੀ ਬੰਨ੍ਹਦੇ ਨੇ, ਤਾਂ ਉਹ 7 ਮੀਟਰ ਦੀ ਪੱਗ ਵੀ 5 ਲੈਣਾ ਵਿੱਚ ਬੰਨ੍ਹ ਸਕਦੇ ਨੇ। ਸੋ ਜਿਹੜੇ ਮੇਰੇ ਵੀਰਾਂ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਉਹ ਛੋਟੇ ਨੇ, ਤਾਂ ਉਹ 5.5 ਤੋਂ ਲੈ ਕੇ 6 ਮੀਟਰ ਤੱਕ ਜਿਹੜੀ ਪੱਗ ਬੰਨ੍ਹ ਸਕਦੇ ਨੇ। ਅਤੇ ਉਹ ਭਾਵੇਂ ਕਟਿੰਗ ਵਾਲਾ ਹੈੱਡ ਹੋਵੇ, ਭਾਵੇਂ ਜਿਹੜੇ ਆਪਣਾ ਕੇਸ ਹੋਣ, ਕੋਈ ਪ੍ਰੋਬਲਮ ਨਹੀਂ ਹੈ। ਪਰ ਜਿਹੜਾ ਵੇ ਹੈ ਇਹੀ ਯੂਜ਼ ਕਰਨਾ ਹੈ, ਥੱਲੇ ਕੇਸ ਕੀ ਬੰਨੋ, ਬਹੁਤ ਸੋਹਣੀ ਵਧੀਆ ਲੱਗਦੀ ਹੈ, ਨਾਲੇ ਕੰਟਰੋਲ ਵੀ ਰਹਿੰਦਾ ਹੈ ਅਤੇ ਕੇਸ ਜਿਹੜੇ ਸੰਭਾਲੇ ਵੀ ਰਹਿੰਦੇ ਨੇ। ਸੋ ਸਟਾਰਟ ਕਰਾਂਗੇ ਪਹਿਲੇ ਲੜ ਤੋਂ, ਫੜੋ। ਪਹਿਲੇ ਲੜ ਦਾ ਰੂਲ ਸੇਮ ਹੀ ਆ, ਪਿੱਛੋਂ ਸੈਂਟਰ 'ਚ ਸਿਰ ਦੀ ਸਾਈਡ ਤੋਂ ਆਪ ਜੀ ਦੇਖ ਸਕਦੇ ਹੋ, ਇੱਥੋਂ ਅਸੀਂ ਲੜ ਜਿਹੜਾ ਲਾਉਣਾ ਹੈ ਉਹ ਬਿਲਕੁਲ ਸੈਂਟਰ 'ਚ ਨਹੀਂ ਲਾਉਣਾ, ਹਲਕਾ ਟੇਢਾ ਲਾਉਣਾ ਹੈ ਟੇਢਾ, ਕਿਉਂਕਿ ਇਹਦਾ ਜਿਹੜਾ ਗ੍ਰਿਪ ਹੈ ਉਹ ਡਾਇਮੀਟਰ ਦੇ ਹਿਸਾਬ ਨਾਲ ਟੇਢਾ ਹੀ ਵਧੀਆ ਬਣੇਗਾ। ਪਹਿਲਾਂ ਪਹਿਲਾਂ ਖਿੱਚ ਕੇ ਅੰਦਰ ਫੋਲਡ ਕਰ ਦੇਣਾ। ਬਲੈਕ ਪੱਗ ਦੀ ਖਾਸੀਅਤ ਇਹ ਹੁੰਦੀ ਹੈ ਕਿ ਤੁਸੀਂ ਜਿੱਦਾਂ ਦੀ ਮਰਜ਼ੀ ਪੱਗ ਜਿੱਦਾਂ ਦੀ ਮਰਜ਼ੀ ਜਿਹੜੀ ਪੱਗ ਬੰਨ੍ਹੀ ਹੋਵੇ ਤੁਸੀਂ ਆਪਣੇ ਜਿਹੜੇ ਵਰਕ 'ਤੇ ਕਿਤੇ ਵੀ ਜਾ ਸਕਦੇ ਹੋ। ਠੀਕ ਹੈ ਜੀ, ਇਹ ਬਲੈਕ ਪੱਗ ਜਿਹੜੀ ਆ 1 ਅੱਧੀ ਜ਼ਰੂਰ ਹੋਣੀ ਚਾਹੀਦੀ ਆਪਣੇ ਘਰ ਦੇ ਵਿੱਚ, ਕਿਉਂਕਿ ਕੁਛ ਵੀ ਨਾ ਤੁਹਾਨੂੰ ਲੱਭੇ, ਮਤਲਬ ਤੁਸੀਂ ਪੱਗ ਬੰਨ੍ਹ ਕੇ ਜਾਣਾ ਹੈ ਪਰ ਤੁਹਾਡੇ ਕੋਲ ਕੋਈ ਵੀ ਆਪਸ਼ਨ ਨਹੀਂ ਹੈਗੀ, ਤਾਂ ਬਲੈਕ ਪੱਗ ਇੱਕ ਐਸੀ ਆਪਸ਼ਨ ਹੁੰਦੀ ਹੈ ਜਿਹਦੇ ਵਿੱਚ ਸਾਰੀ ਆਪਸ਼ਨ ਹੁੰਦੀਆਂ ਨੇ। ਠੀਕ ਹੈ ਜੀ, ਪਹਿਲਾਂ ਪਹਿਲਾਂ ਲਾਇਆ ਸੀ ਮੋਟੀ ਸਾਈਡ ਉੱਪਰ, ਪਤਲੀ ਸਾਈਡ ਨੀਚੇ ਪਿੰਚ ਕਰਨਾ ਹੈ। ਪਿੰਚ ਅਸੀਂ ਸਾਰੀ ਉਂਗਲੀਆਂ ਨਾਲ ਕਰ ਸਕਦੇ ਹਾਂ ਆਰਾਮ ਨਾਲ। ਆਹ ਦੇਖੋ ਪਿੰਚ ਕੀਤਾ, ਸੈੱਟ ਕੀਤਾ ਪੱਲੇ ਨੂੰ। ਆਪ ਜੀ ਦੇਖ ਸਕਦੇ ਹੋ ਕਿ ਮੈਂ 2 ਪੱਲੇ ਲਾ ਵੀ ਲਏ ਆ, ਟਾਈਮ ਜ਼ਿਆਦਾ ਹੋਇਆ ਵੀ ਨਹੀਂ ਹੈ। ਖੁੱਲ੍ਹੀ ਸਾਈਡ ਥੱਲੇ, ਬੰਨ ਸਾਈਡ ਉੱਪਰ, ਪਹਿਲਾਂ ਲੜ ਟੋਪ 'ਤੇ ਲਾਇਆ, ਉਸ ਤੋਂ ਥੋੜ੍ਹਾ ਲੜ ਜਿਹੜਾ ਨੀਚੇ ਲਾਵਾਂਗੇ ਹਲਕਾ ਜਿਹਾ। ਜਿਹੜੇ ਵੀਰ ਮੇਰੇ ਕੁਐਸਚਨ ਪੁੱਟ ਕਰਨਗੇ ਕਿ ਪੱਗ ਦੀ ਪੂਣੀ ਦਾ ਕੀ ਕੀਤਾ, ਪੂਣੀ ਸੇਮ ਹੀ ਹੈ, ਪੱਗ ਦੀ ਪੂਣੀ ਤੁਸੀਂ ਵੀਡੀਓ ਦੇਖ ਵੀ ਸਕਦੇ ਹੋ ਸਾਡੇ ਜਿਹੜੇ ਚੈਨਲ ਦੇ ਉੱਪਰ, ਜਸਟ ਸਰਚ ਕਰੋ ਪੱਗ ਦੀ ਪੂਣੀ ਐਂਡ ਜਿਹੜੀ ਵੀਡੀਓ ਹੈ ਉਹ ਤੁਹਾਨੂੰ ਮਿਲ ਜਾਏਗੀ। ਅੱਛਾ, ਮੈਂ ਇੱਥੇ ਆ ਕੇ ਕਿਉਂ ਰੁਕਿਆ, ਕਿਉਂਕਿ ਤੀਜਾ ਲੜ ਹੈ, ਤੀਜਾ ਲੜ ਜਿਹੜਾ ਲਗਾਉਣ ਲਈ ਤੁਸੀਂ ਕੀ ਕਰਨਾ ਕਿ ਇੱਥੋਂ ਜਿਹੜਾ ਲੜ ਦੀ ਜਿਹੜੀ ਚੌੜਾਈ ਹੈ ਥੋੜ੍ਹੀ ਵਧਾ ਦੇਣੀ ਹੈ, ਕਿਉਂਕਿ 5 ਲੜੀ ਪੱਗ ਹੈ ਤਾਂ ਅਗਲੇ ਲੜਾਂ ਨੂੰ ਸਪੋਰਟ ਚਾਹੀਦੀ ਹੈ। ਸੋ ਅਸੀਂ ਇਹਨਾਂ ਨੂੰ ਖਿਲਾਰ ਦੇਵਾਂਗੇ ਅਤੇ ਲੜ ਵੀ ਜਿਹੜੇ ਹੈ ਵੱਡੇ ਵੱਡੇ ਰੱਖਾਂਗੇ। ਆਪ ਜੀ ਨੇ ਦੇਖਿਆ ਕਿ ਜਿਹੜਾ ਥੱਲੇ ਲੜ ਦਾ ਪਿੰਚ ਸੀਗਾ ਉਹ ਪਹਿਲਾਂ ਇੱਥੇ ਲੱਗਿਆ ਸੀ ਸੱਜੀ ਅੱਖ ਦੇ ਉੱਪਰ, ਉਸ ਤੋਂ ਅਗਲਾ ਥੋੜ੍ਹਾ ਅੱਗੇ ਲੱਗਿਆ, ਮਤਲਬ ਕਿ ਆਈਬ੍ਰੋ ਅਤੇ ਅੱਖ ਦੇ ਵਿਚਕਾਰ, ਅਤੇ ਨੈਕਸਟ ਜਿਹੜਾ ਲੱਗੇਗਾ ਉਹ ਬਿਲਕੁਲ ਨੋਜ਼ ਦੇ ਸੈਂਟਰ 'ਤੇ ਲੱਗੇਗਾ।
ਜਿਹੜਾ ਅਸੀਂ ਪਹਿਲਾਂ ਲਾਇਆ ਸੀ ਆਈਬ੍ਰੋ ਦੀ ਸਟਾਰਟਿੰਗ ਅਤੇ ਅੱਖ ਦੇ ਵਿਚਕਾਰ ਜਿਹੜਾ ਪਹਿਲਾਂ ਪਹਿਲਾਂ ਲਾਇਆ ਸੀ ਉਹਨੂੰ ਕਵਰ ਕਰਦਿਆਂ ਹੋਇਆਂ ਬਿਲਕੁਲ ਨੋਜ਼ ਦੇ ਸੈਂਟਰ 'ਤੇ ਲਾਉਣਾ। ਚੌਥੇ ਲੜ ਤੋਂ ਪਟਿਆਲਾ ਸ਼ਾਹੀ ਪੱਗ ਦੀ ਸ਼ੇਪ ਬਣਾਉਣੀ ਸ਼ੁਰੂ ਕਰ ਦੇਣੀ ਹੈ। ਇਹਨੂੰ ਵੀ ਅਸੀਂ ਖਿਲਾਰਾਂਗੇ, ਚੌੜਾ ਕਰਾਂਗੇ, ਹੱਥ ਫੇਰ ਲੈਣਾ। ਹੁਣ ਦੇਖੋ ਫੇਸ ਨੀਚੇ ਕਰ ਵੀ ਦੇਖੋ ਆਪ ਜੀ ਦੇ ਸਟੈਪ ਬਾਏ ਸਟੈਪ ਜਿਹੜੇ ਲੜ ਨੀਚੇ ਬਣ ਗਏ ਨੇ। ਨੈਕਸਟ ਲੜ ਲਾਵਾਂਗੇ। ਨੈਕਸਟ ਲੜ ਲਾਉਂਦੇ ਹੋਇਆਂ ਆਪ ਜੀ ਨੇ ਧਿਆਨ ਰੱਖਣਾ ਹੈ ਕਿ ਜਿਹੜੀ ਮਿਣਤੀ ਹੈ ਉਹ ਖਰਾਬ ਨਾ ਹੋਵੇ। ਮੋਟੀ ਸਾਈਡ ਉੱਪਰ, ਪਤਲੀ ਸਾਈਡ ਨੀਚੇ ਯਾਦ ਰੱਖਣਾ ਹਮੇਸ਼ਾ। ਪਿੰਚ ਕੀਤਾ ਬਿਲਕੁਲ ਨੋਜ਼ ਦੇ ਸੈਂਟਰ 'ਤੇ ਪਿਛਲਾ ਲੜ ਲੁਕਾਉਂਦੇ ਹੋਇਆਂ, ਐਂਡ ਇਹ ਹੋਰ ਵੀ ਜ਼ਿਆਦਾ ਉੱਪਰ ਜਾਏਗਾ। ਘਬਰਾਉਣਾ ਬਿਲਕੁਲ ਨਹੀਂ ਹੈ, ਬਿਲਕੁਲ ਨਰਮ ਹੱਥ ਰੱਖਣਾ ਹੈ, ਖਿੱਚਣਾ ਬਿਲਕੁਲ ਨਹੀਂ ਹੈ ਪੱਗ ਨੂੰ। ਫੁੱਲਵੈਲ ਦੀ ਪੱਗ ਹੈ, ਬਿਨਾਂ ਪਾਣੀ ਤੋਂ ਬੰਨ ਦਿੱਤੀ ਆਪਾਂ, ਤਾਂ ਫੜਿਓ ਆਹ ਛੱਡ ਦਿਓ। ਆਪ ਜੀ ਨੂੰ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਅਖੀਰਲਾ ਪੱਲਾ ਲਾਉਣ ਤੋਂ ਪਹਿਲਾਂ ਪੱਗ ਦੀ ਸ਼ੇਪ ਜਿਹੜੀ ਸੈੱਟ ਕਰਨੀ ਹੈ। ਪੱਗ ਦੀ ਸ਼ੇਪ ਸੈੱਟ ਕਰਨ ਦਾ ਮਤਲਬ ਹੁੰਦਾ ਹੈ ਕਿ ਜੇ ਤੁਹਾਨੂੰ ਲੱਗਦੀ ਹੈ ਕਿ ਪੱਗ ਜਿਹੜੀ ਜ਼ਿਆਦਾ ਤਿੱਖੀ ਹੈ ਤਾਂ ਅਸੀਂ ਬਿਠਾ ਸਕਦੇ ਹਾਂ, ਠੀਕ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਪੱਗ ਜਿਹੜੀ ਦੱਬੀ ਹੋਈ ਹੈ ਤਾਂ ਹੱਥ ਪਾ ਕੇ ਅਸੀਂ ਬਾਹਰ ਕੱਢ ਸਕਦੇ ਹਾਂ, ਠੀਕ ਹੈ। ਦੂਜੀ ਸਾਈਡ ਤੋਂ ਵੀ ਇੱਦਾਂ ਹੀ, ਠੀਕ ਹੈ ਜੀ। ਥੱਲੇ ਅਸੀਂ ਇੱਕ ਮੀਟਰ ਦੀ ਕੇਸ ਕੀ ਬੰਨੀ ਇਸੇ ਕਰਕੇ ਸੀ ਕਿ ਸਾਨੂੰ ਜਿਹੜਾ ਪੱਗ ਦਾ ਸਾਈਜ਼ ਹੈ ਉਹ ਪ੍ਰੋਪਰ ਮਿਲੇ। ਦੇਖੋ ਜੀ ਹੁਣ ਸ਼ੇਪ ਸੈੱਟ ਹੋ ਚੁੱਕੀ ਹੈ, ਹੁਣ ਅਸੀਂ ਪੱਗ ਦਾ ਸੈਂਟਰ ਕਰਨਾ। ਇਹ ਪੱਗ ਬਿਲਕੁਲ ਨੋਜ਼ ਦੇ ਸੈਂਟਰ 'ਤੇ ਆਏਗੀ। ਦੇਖੋ ਪਹਿਲਾਂ ਤਾਂ ਅੰਗੂਠੇ ਦੇ ਨਾਲੇ ਉੱਚੀ ਕਰ ਦੇਵਾਂਗੇ। ਨੋਜ਼ ਦਾ ਸੈਂਟਰ ਦੇਖਦੇ ਹੋਇਆਂ ਫਿਫਟੀ, ਜੇ ਆਪ ਜੀ ਨੂੰ ਲੱਗਦੀ ਹੈ ਕਿ ਥੋੜ੍ਹੀ ਵੱਡੀ ਹੈ ਤਾਂ ਅਸੀਂ ਛੋਟੀ ਵੀ ਕਰ ਸਕਦੇ, ਬਿਲਕੁਲ ਛੋਟੀ ਜਿਹੀ ਕਰ ਦੇਵਾਂਗੇ, ਇੱਥੇ ਕਰ ਦੇਵਾਂਗੇ। ਪਰਨੇ ਦਾ ਇਹੀ ਫਾਇਦਾ ਹੁੰਦਾ ਕਿ ਤੁਸੀਂ ਪੱਗ ਨੂੰ ਕਿਤੇ ਵੀ ਲੈ ਕੇ ਜਾ ਸਕਦੇ ਹੋ। ਤੁਸੀਂ ਆਪਣਾ ਕੋਈ ਐਕਸਪੀਰੀਅੰਸ ਦੱਸਣਾ ਚਾਹੋਗੇ ਕਿ ਹੁਣ ਪੱਗ ਕਿੰਨੀ ਗ੍ਰਿਪ 'ਚ ਲੱਗ ਰਹੀ ਹੈ? ਪੱਗ ਬਹੁਤ ਵਧੀਆ ਲੱਗ ਰਹੀ, ਪੂਰੀ ਸੈੱਟ ਆਈ ਹੋਈ ਆ। ਕਿ ਜਿਹੜੀ ਨੋਰਮਲ ਤੁਸੀਂ ਪੱਗ ਬੰਨਦੇ ਹੋ ਡੇਲੀ ਲਾਈਫ ਦੇ ਵਿੱਚ ਉਹ ਸਲਿਪ ਕਰਦੀ, ਉਹ ਸਲਿਪ ਕਰ ਜਾਂਦੀ ਹੈ ਕਈ ਵਾਰ ਪੱਲਾ ਲਾਸਟ ਲੜ ਲਾਉਂਦੇ ਹੋਏ, ਅੱਜ ਪੂਰੀ ਸੈੱਟ ਆਈ। ਠੀਕ ਹੈ, ਇਹ ਜਿਹੜਾ ਵੀਰੇ ਦਾ ਰਿਵਿਊ ਸੀਗਾ ਇਹ ਮੈਨੂੰ ਵੀ ਪਤਾ ਕਿ ਓਰੀਜਨਲ ਵਿਊ ਆ, ਕਿਉਂਕਿ ਸਾਡੇ ਕੋਲ ਪੱਗ ਸਿੱਖਦੇ ਨੇ, ਕਿਉਂਕਿ ਇਹਨਾਂ ਦੇ ਪੱਗ ਜਿਹੜੇ ਕੇਸ ਨੇ ਨਾ ਉਹ ਸਲਿਪਰੀ ਬਹੁਤ ਨੇ, ਮਤਲਬ ਬਹੁਤ ਛੋਟੇ ਹੋਣ ਕਰਕੇ ਬਹੁਤ ਕੋਟਨ ਹੇਅਰਸ ਨੇ, ਤਾਂ ਉਹ ਪੱਗ ਜਿਹੜੀ ਆ ਇੱਥੋਂ ਹੀ ਜਗ੍ਹਾ ਇਸ ਜਗ੍ਹਾ ਦੇ ਪਿੱਛੇ ਪਹੁੰਚ ਜਾਂਦੀ ਹੈ, ਪਿੱਛੇ ਨੂੰ ਚੱਲ ਜਾਂਦੀ ਹੈ। ਸੋ ਅਸੀਂ ਕੇਸ ਕੀ ਵਾਲਾ ਬੇਸ ਬਣਾ ਕੇ ਜਿਹੜੀ ਪੱਗ ਮੰਨੀ ਹੈ ਇਹ ਪੂਰਾ ਦਿਨ ਇਹ ਪੱਗ ਇੱਦਾਂ ਟਿੱਕੀ ਰਹੂਗੀ ਜਿੰਨੀ ਦੇਰ ਤੱਕ ਇਹ ਨਹੀਂ ਚਾਹੁੰਦੇ, ਈਵਨ ਕਿ ਇਹ ਬੰਨ ਕੇ ਸੌਂ ਵੀ ਸਕਦੇ ਨੇ, ਰੈਸਟ ਵੀ ਕਰ ਸਕਦੇ ਨੇ। ਸੋ ਇਹ ਲਾਸਟ ਲਈਏ ਅਤੇ ਪੱਗ ਜਿਹੜੀ ਆਪਾਂ ਐਂਡ ਕਰੀਏ। ਨੋਜ਼ ਦੇ ਸੈਂਟਰ ਦੇਖ ਲਓ, ਅਕੀਲਾ ਪੱਲਾ ਜਿਹੜਾ ਹੁੰਦਾ ਨਾ ਪੰਜਵਾਂ ਲੜ ਜਾਂ ਜਿਹੜਾ ਛੇਵਾਂ ਲੜ ਜਿਹੜੀ ਤੁਸੀਂ ਪੱਗ ਬੰਨ ਰਹੇ ਹੋ, ਠੀਕ ਹੈ ਜੀ, ਉਹਦੇ ਬਿਲਕੁਲ ਜਿਹੜੇ ਸਟਾਰਟਿੰਗ ਜਿੱਥੇ ਪਿੰਚ ਲਾਇਆ ਹੁੰਦਾ ਉੱਥੇ ਅਸੀਂ ਪਿੰਨ ਲਾਉਣੀ ਹੁੰਦੀ ਆ। ਪਿੰਨ ਲਾ ਕੇ ਆਪ ਜੀ ਦੇਖ ਲਓ ਪਿੰਨ ਜਿਹੜੀ ਨੋਰਮਲ ਯੂਜ਼ ਕੀਤੀ ਹੈ, ਲਓ ਜੀ, ਠੀਕ ਹੈ, ਸਿੰਪਲ ਪਿੰਨ ਹੈ, ਬਿਲਕੁਲ ਜਿਹੜਾ ਨੋਰਮਲ ਸਾਈਜ਼ ਦੀ ਪਿੰਨ ਹੁੰਦੀ ਹੈ, ਠੀਕ ਹੈ ਜੀ। ਪੱਗ ਦੇ ਪੱਲੇ ਦੀ ਪੂਣੀ ਕਰਨੀ ਹੈ, ਇੱਦਾਂ ਖੋਲ੍ਹ ਕੇ ਪਹਿਲਾਂ ਉੱਪਰ ਫੋਲਡ ਕਰ ਲਿਆ, ਫਿਰ ਨੀਚੇ ਫੋਲਡ ਕਰ ਲਿਆ, ਖਿੱਚ ਕੇ ਥੋੜ੍ਹਾ ਵੱਧ ਖਿੱਚਣਾ ਹੈ ਕਿਉਂਕਿ ਬਾਅਦ 'ਚ ਉਹਨੂੰ ਅਸੀਂ ਐਡਜਸਟ ਕਰਨਾ ਹੈ। ਜਿਹੜਾ ਪੱਲਾ ਤੁਸੀਂ ਉੱਪਰੋਂ ਇੱਕ ਵਾਰੀ ਫੋਲਡ ਕਰ ਦਿਓਗੇ ਉਹਨੂੰ ਬਾਅਦ 'ਚ ਛੇੜਨਾ ਨਹੀਂ ਹੈ, ਸੋ ਪਹਿਲਾਂ ਤੁਸੀਂ ਉੱਪਰੋਂ ਸੈੱਟ ਕਰਕੇ ਹੀ ਪੱਲਾ ਲਾਉਣਾ ਹੈ। ਥੱਲੇ ਤੁਸੀਂ ਬਾਅਦ 'ਚ ਸੈੱਟ ਕਰਨਾ ਹੈ ਪਿੰਨ 'ਤੇ ਲੜਨ ਲਾਉਣ ਤੋਂ ਬਾਅਦ, ਲਓ ਜੀ ਸੈੱਟ ਕਰ ਲਿਆ। ਜਿਹੜੇ ਧਾਗੇ ਨਿਕਲੇ ਹੋਏ ਨੇ ਇਹਨਾਂ ਨੂੰ ਕਵਰ ਅਪ ਕਰ ਦੇਣਾ ਹੈ, ਮਤਲਬ ਕਿ ਅਖੀਰਲੇ ਪੱਲੇ 'ਤੇ ਥੋੜ੍ਹੀ ਜਿਹੀ ਮਿਹਨਤ ਜ਼ਰੂਰ ਲਾਉਣੀ ਚਾਹੀਦੀ ਹੈ ਕਿਉਂਕਿ ਮਿਹਨਤ ਲਾਉਣ ਦੇ ਨਾਲ ਜਿਹੜੀ ਪੱਗ ਜਿਹੜੀ ਥੋੜ੍ਹੀ ਜਿਹੀ ਗ੍ਰੇਸ ਦੇ ਨਾਲ ਹੀ ਬਹੁਤ ਜ਼ਿਆਦਾ ਫਰਕ ਪੈ ਜਾਂਦਾ। ਹੁਣ ਇਸ ਟਾਈਮ ਇਹ ਪੱਗ ਇੱਦਾਂ ਦੀ ਹੈ ਕਿ ਇਹਦੇ ਉੱਪਰ ਕੋਈ ਜਿਹੜਾ ਕੁਸ਼ਚਨ ਪੁੱਟ ਨਹੀਂ ਕਰ ਸਕਦਾ ਕਿ ਯਾਰ ਬਈ ਤੂੰ ਇੱਦਾਂ ਦੀ ਪੱਗ ਕਿਉਂ ਬੰਨੀ ਹੈ। ਹੁਣ ਜਿਹੜਾ ਵੀ ਦੇਗਾ ਤਾਂ ਕੋਈ ਨਾ ਕੋਈ ਕੰਪਲੀਮੈਂਟ ਹੀ ਦੇਗਾ, ਈਵਨ ਕਿ ਤੁਸੀਂ ਵੀ ਦੇ ਰਹੇ ਹੋਗੇ। ਹੁਣ ਥੋੜ੍ਹੀ ਜਿਹੀ ਪੱਗ ਜੇ ਸਾਨੂੰ ਹੋਰ ਵੀ ਟੇਢੀ ਲੱਗਦੀ ਹੈ, ਜਿਵੇਂ ਤੁਸੀਂ ਦੇਖ ਸਕਦੇ ਕਿ ਮੈਂ ਪੂਰਾ ਮਤਲਬ ਕਿ ਜਿਹੜਾ ਪਰਫੈਕਟ ਸੈਂਟਰ ਨਹੀਂ ਮਿਲਿਆ, ਆਪਾਂ ਇਹਨੂੰ ਹਲਕਾ ਸੈਂਟਰ 'ਚ ਕਰਾਂਗੇ ਇੱਧਰ ਨੂੰ। ਹੁਣ ਆਪ ਜੀ ਦੇਖ ਸਕਦੇ ਹੋ ਕਿ ਇੱਧਰੋਂ ਰਾਈਟ ਸਾਈਡ ਤੋਂ ਅੱਖ 'ਤੇ ਪੱਲਾ ਇੱਦਾਂ ਅੱਖ ਦੇ ਉੱਪਰ ਆ, ਤਾਂ ਕੀ ਕਰਾਂਗੇ ਹੁਣ ਅਸੀਂ, ਇਹ ਜਿਹੜਾ ਪੱਲਾ ਅਸੀਂ ਜਾਣ ਬੁੱਝ ਕੇ ਬਾਅਦ ਰੱਖਿਆ ਸੀ ਇਹਨੂੰ ਚੁੱਕ ਕੇ, ਇਹ ਮੇਰੇ ਕਾਫੀ ਵੀਰਾਂ ਨੂੰ ਪਤਾ ਨਹੀਂ ਹੁੰਦਾ, ਇਹਨੂੰ ਚੁੱਕ ਕੇ ਫੋਲਡ ਕਰ ਦੇਣਾ, ਇਹਨੂੰ ਦੁਬਾਰਾ ਨੀਚੇ ਅੱਖ 'ਤੇ ਲਾਉਣਾ, ਲਓ ਜੀ। ਹੁਣ ਚਾਹੇ ਸਪੈਕਸ ਲਗਾਉਣ ਕੁਛ ਵੀ ਕਰਨ, ਇਹ ਪੱਲਾ ਜਿਹੜਾ ਇੱਦਾਂ ਹੀ ਰਹੇਗਾ, ਲਗਾ ਕੇ ਦੁਬਾਰਾ ਉਤਾਰ ਲੈਣ, ਕੋਈ ਪ੍ਰੋਬਲਮ ਨਹੀਂ।
ਸਪੈਕਸ ਦੀ ਗੱਲ ਕਰ ਲੈਣ, ਲਗਾ ਕੇ ਦੁਬਾਰਾ ਉਤਾਰ ਲੈਣ ਉਹਨੇ ਪੱਗ ਕਦੀ ਵੀ ਤੁਸੀਂ ਉਤਾਰ ਕੇ ਕੈਫ ਵਾਂਗੂ ਤਾਂ ਰੱਖਣੀ ਨਹੀਂ ਹੈ, ਇਹ ਮਰਿਆਦਾ ਨਹੀਂ ਹੈਗੀ ਪੱਗ ਦੀ, ਨਾ ਪੱਗ ਨੂੰ ਕੈਫ ਵਾਂਗੂ ਲਾਉਣਾ ਹੈ ਅਤੇ ਨਾ ਪੱਗ ਨੂੰ ਕੈਫ ਵਾਂਗੂ ਰੱਖਣਾ, ਠੀਕ ਹੈ ਜੀ? ਇਹ ਜਿਹੜੀ ਆਪਣੀ ਪੰਜ ਪੈਰਾਂ ਵੱਲੋਂ ਮਰਿਆਦਾ ਹੈਗੀ ਦਸਤਾਰ ਦੀ। ਸੋ ਸਿਰ ਤਾਂ ਕੀ ਹੈ ਨੀਚੇ ਕਰੇ ਵੀਰੇ, ਆਪ ਜੀ ਦੇਖ ਸਕਦੇ ਹੋ ਕਿ ਕਿੱਡੀ ਸੋਹਣੀ ਜਿਹੜੀ ਪੱਗ ਹੈ ਪੂਰੀ ਖਰਬੂਜਾ ਲੁੱਕ ਦੇ ਵਿੱਚ ਆਈ ਹੈ, ਅਤੇ ਇਹ ਨਾ ਸੋਚਿਆ ਕਰੋ ਕਿ ਪੰਜ ਲੜਾਂ ਦੇ ਵਿੱਚ ਜਿਹੜੀ ਪੱਗ ਦੀ ਸ਼ੇਪ ਨਹੀਂ ਬਣ ਸਕਦੀ, ਪੰਜ ਲੜਾਂ ਦੇ ਵਿੱਚ ਬਹੁਤ ਕੁਛ ਹੋ ਸਕਦਾ ਹੈ। 6 ਲੜਾਂ ਦੇ ਵਿੱਚ ਤਾਂ ਚਲੋ ਪਲੱਸ ਪੁਆਇੰਟ ਹੈਗਾ ਹੀ ਹੈ ਕਿ ਆਪਣੇ ਕੋਲ ਕਾਫੀ ਆਪਸ਼ਨ ਹੁੰਦੀਆਂ ਨੇ ਕਿ ਇੱਕ ਲੜ ਦੇ ਨਾਲ ਹੋਰ ਵੀ ਅੱਛੀ ਵਧੀਆ ਸ਼ੇਪ ਬਣਾ ਸਕਦੇ ਹਾਂ, ਪਰ ਪੰਜ ਲੜ ਵੀ ਮਾੜੇ ਨਹੀਂ ਲੱਗਦੇ। ਈਵਨ ਕਿ ਇਹ ਪੱਗ ਪ੍ਰੋਪਰਲੀ ਤੁਹਾਡੇ ਡੇਲੀ ਲਾਈਫ ਦੇ ਵਿੱਚ ਬਿਜ਼ਨਸ ਲੁੱਕ ਦੇ ਵਿੱਚ ਪੱਗ ਹੈਗੀ ਹੈ ਕਿ ਤੁਸੀਂ ਇੱਕ ਜੈਂਟਲਮੈਨ ਦੀ ਤਰ੍ਹਾਂ ਕਿਤੇ ਵੀ ਤਿਆਰ ਹੋ ਕੇ ਜਾ ਸਕਦੇ ਹੋ। ਪੱਲਾ ਪਿੱਛੋਂ ਖਿੱਚ ਲੈਣਾ ਐਂਡ ਬੈਕ ਸਾਈਡ ਵਾਲਾ ਪੱਲਾ ਫੋਲਡ ਕਰਕੇ ਜਿਵੇਂ ਅਸੀਂ ਪੂਣੀ ਕਰਦੇ ਹਾਂ ਉੱਦਾਂ ਫੋਲਡ ਕਰਕੇ ਲਾਉਣਾ। ਲਓ ਜੀ ਆਪਣੀ ਦਸਤਾਰ ਰੈਡੀ ਹੈ ਪਟਿਆਲਾ ਸ਼ਾਹੀ ਪੰਜ ਲੈਣਾ ਵਿੱਚ ਅਤੇ ਕਟਿੰਗ ਵਾਲੇ ਵੀਰਾਂ ਵਾਸਤੇ, ਆਪ ਜੀ ਦੇਖ ਸਕਦੇ ਹੋ, ਠੀਕ ਹੈ ਜੀ? ਬੈਕ ਸਾਈਡ ਵੀ ਦਿਖਾ ਦਈਏ, ਬੈਕ ਸਾਈਡ ਘੁੰਮ ਜਾਓ, ਇੱਧਰ ਘੁੰਮ ਜਾਓ ਪਿੱਛੇ ਨੂੰ, ਵੈਰੀ ਵੈਲ, ਠੀਕ ਹੈ ਜੀ? ਆ ਜਾਓ ਫੇਸ ਇੱਧਰ ਕਰ ਲਓ। ਚਲੋ ਸਭ ਤੋਂ ਪਹਿਲਾਂ ਧੰਨਵਾਦ ਤਾਂ ਸੰਗਨਦੀਪ ਜੀ ਦਾ, ਅਤੇ ਇਸ ਤਰੀਕੇ ਨਾਲ ਤੁਸੀਂ ਹੁਣ ਪੱਗ ਬੰਨ ਸਕਦੇ ਹੋ, ਮੈਨੂੰ ਜਗ੍ਹਾ ਦਿਓਗੇ? ਚਲੋ ਥੈਂਕ ਯੂ। ਹਾਂਜੀ ਹੁਣ ਇਸ ਤਰੀਕੇ ਨਾਲ ਤੁਸੀਂ ਜਿਹੜੀ ਪਟਿਆਲਾ ਸ਼ਾਹੀ ਪੱਗ ਬੰਨ ਕੇ ਕਿਤੇ ਵੀ ਜਾ ਸਕਦੇ ਹੋ, ਅਤੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਜਿਹੜੇ 6 ਲੜਾਂ ਦੀ ਪੱਗ ਹੀ ਲੈਣੀ ਹੈ, ਜੇ ਤੁਹਾਡੇ ਕੋਲ ਕੋਈ ਵੀ ਪੁਰਾਣੀ ਪੱਗ ਹੈਗੀ ਹੈ ਜਾਂ ਫਾਦਰ ਦੀ ਪੱਗ ਹੈਗੀ ਤੁਸੀਂ ਉਹਨੂੰ ਐਡਜਸਟ ਕਰ ਸਕਦੇ ਹੋ, ਠੀਕ ਹੈ ਜੀ? ਸੋ ਇਸ ਤਰੀਕੇ ਨਾਲ ਅਸੀਂ ਤੁਹਾਡੇ ਲਈ ਨਵੀਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ, ਉਹਦੇ ਦੇਖ ਤੱਕ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ, ਕਲਿੱਕ ਦਾ ਬੈਲ ਆਈਕਨ ਤਾਂ ਜੋ ਤੁਹਾਨੂੰ ਨਵੀਂ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੇ ਰਹੇ। ਸੋ ਥੈਂਕਸ ਫੋਰ ਵਾਚਿੰਗ ਵਨਸ ਅਗੇਨ ਅਵਰ ਵੀਡੀਓ, ਅਤੇ ਉਹਦੇ ਦੇਖ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।